ਲੁਧਿਆਣਾ ਦੇ ਪਵੇਲੀਅਨ ਮਾਲ ਨਜ਼ਦੀਕ ਸਕੂਲ ਬੱਚਿਆਂ ਨਾਲ ਭਰਿਆ ਆਟੋ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਆਟੋ ਡਰਾਈਵਰ ਸਣੇ 10 ਬੱਚੇ ਜ਼ਖਮੀ ਦੱਸੇ ਜਾ ਰਹੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਦੇ ਵਿੱਚ ਪੁਲਿਸ ਲਾਈਨ ਨੇੜੇ ਇੱਕ ਮੋੜ ਤੇ ਬੱਚਿਆਂ ਨੂੰ ਲਿਜਾ ਰਿਹਾ ਆਟੋ ਪਲਟ ਗਿਆ, ਜਿਸ ਦੇ ਨਾਲ 10 ਬੱਚੇ ਜ਼ਖਮੀ ਹੋਏ ਨੇ। ਹਾਦਸੇ ਦੇ ਵਿੱਚ ਆਟੋ ਚਾਲਕ ਵੀ ਗੰਭੀਰ ਤੌਰ ਤੇ ਜ਼ਖਮੀ ਦੱਸਿਆ ਜਾ ਰਿਹਾ ਹੈ। ਸਾਰੇ ਜ਼ਖਮੀਆਂ ਨੂੰ DMC ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਦੱਸ ਦਈਏ, ਪਵੇਲੀਅਨ ਚੌਕ ਤੇ ਤੈਨਾਤ ਪੁਲਿਸ ਕਰਮੀਆਂ ਨੂੰ ਹਾਦਸੇ ਦੀ ਖਬਰ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ, ਜਿੱਥੇ ਉਹਨਾਂ ਨੇ ਜ਼ਖਮੀ ਬੱਚਿਆਂ ਨੂੰ ਆਪਣੀ ਸਰਕਾਰੀ ਗੱਡੀ ਦੇ ਵਿੱਚ ਹਸਪਤਾਲ ਪਹੁੰਚਾਇਆ। ਦੱਸ ਦਈਏ ਕਿ ਆਟੋ 'ਚ ਸਵਾਰ ਸਾਰੇ ਬੱਚੇ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ, ਜੋ ਕਿ ਮਾਡਲ ਟਾਊਨ 'ਚ ਬਣੇ ਐਗਜ਼ਾਮ ਸੈਂਟਰ ਜਾ ਰਹੇ ਸਨ। ਸਾਨੂੰ ਇੱਕ ਸਕੂਟਰ ਵਾਲੇ ਦੱਸਿਆ ਵੀ ਦੀਪਨਗਰ ਕੱਟ ਦੇ ਕੋਲ ਸਕੂਲੀ ਜਿਹੜਾ ਆਟੋ ਸੀਗਾ ਪਲਟ ਗਿਆ, ਐਕਸੀਡੈਂਟ ਹੋਇਆ, ਬੱਚੇ ਜ਼ਖਮੀ ਆ। ਅਸੀਂ ਉਸ ਟਾਈਮ ਮੌਕੇ 'ਤੇ ਤੁਰੰਤ ਕਾਰਵਾਈ ਕਰਦੇ ਮੌਕੇ 'ਤੇ ਪਹੁੰਚੇ ਸੀ, ਅਤੇ ਅਸੀਂ ਐਂਬੂਲੈਂਸ ਫੋਨ ਕਰਨ ਦੀ ਬਜਾਏ ਅਸੀਂ ਆਪਣੀ ਸਰਕਾਰੀ ਗੱਡੀ, ਸਾਡੇ ਕੋਲ ਆਰਟਿਕਾ ਗੱਡੀ ਸੀਗੀ, ਉਹ 'ਚ ਪਾ ਕੇ ਸਾਡਾ ਮਨਜੀਤ ਸਿੰਘ SI ਲਿਆ ਕੇ ਨੇ ਦਾਖਲ ਕਰਾਇਆ ਐਮਰਜੈਂਸੀ DMC 'ਚ। ਕਿੰਨੇ ਬੱਚੇ ਸੀਗੇ? 9 ਲੜਕੀਆਂ ਸੀਗੀਆਂ, 1 ਲੜਕਾ ਸੀ ਜੀ। ਜਿਹੜਾ ਲੜਕੇ ਵਾ ਤਾਂ ਪੜ੍ਹਤੇ ਜ਼ਿਆਦਾ ਸੱਟ ਲੱਗੀ, ਮੈਂ ਟੁੱਟ ਗਿਆ ਪਤਾ ਨਹੀਂ, ਇੱਕ ਲੜਕੀ ਆ, ਬਾਕੀ ਜਿਹੜੇ 8 ਬੱਚੇ ਆ ਉਹ ਨੋਰਮਲ ਆ। ਸਾਰੇ ਜ਼ਖਮੀ ਹਾਲਤ ਸੀ, ਬਲੱਡ ਜਾ ਰਿਹਾ ਸੀ ਸਾਰਿਆਂ ਨੇ, ਕਿਸੇ ਦੇ ਹੱਥ 'ਚੋਂ ਜਾ ਰਿਹਾ ਸੀ, ਤਕਰੀਬਨ ਸਾਰੇ ਸੱਟ ਸੀਗੀ। ਹਾਲਤ ਹੁਣ ਠੀਕ ਹੈ, ਵੈਸੇ ਉਹਦਾ ਲੜਕਾ ਸੀ ਜਿਹੜਾ ਉਹਦਾ ਪੱਟਦਾ ਐਕਸਰਾ ਵਗੈਰਾ ਕਰਕੇ ਪਤਾ ਲੱਗੂ, ਵੈਸੇ ਉਹ ਲੱਤ ਹਿਲਾ ਨਹੀਂ ਸੀ ਰਿਹਾ। ਉਧਰ ਦੂਜੇ ਪਾਸੇ ਹਸਪਤਾਲ ਦੇ ਬਾਹਰ ਬੱਚਿਆਂ ਦੇ ਮਾਂ ਬਾਪ ਤੇ ਆਟੋ ਚਾਲਕ ਦੇ ਸਮਰਥਕ ਆਪਸ ਦੇ ਵਿੱਚ ਭਿੜ ਗਏ। ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਤੇ ਹਸਪਤਾਲ ਦੇ ਸੁਰੱਖਿਆ ਕਰਮੀਆਂ ਨੇ ਵਿੱਚ ਬਚਾਅ ਕਰਕੇ ਮਾਮਲਾ ਸ਼ਾਂਤ ਕਰਵਾਇਆ। ਲੁਧਿਆਣਾ ਤੋਂ ਭਰਤ ਸ਼ਰਮਾ, ਜ਼ੀ ਮੀਡੀਆ।